ਹਾਂਜੀ ਪਿਆਰੇ ਬੱਚਿਓ ਅੱਜ ਆਪਾਂ ਲਗਾ ਤੇ ਲਗਾਖਰਵਾਰੇ ਪੜਾਂਗੇ ਪਹਿਲਾਂ ਆਪਾਂ ਨੇ ਵਰਨਾਵਾਰੇ ਪੜਿਆ ਸੀ ਤੁਸੀਂ ਸਾਰੀਆਂ ਵੀਡੀਓਜ਼ ਆਪਾਂ ਲਾਈਨ ਵਾਈਜ਼ ਪਾ ਰਹਿਆਂ ਸਟਾਰਟ ਤੋਂ ਲੈ ਕੇ ਜਿਹੜੀ ਆਪਣੀ ਵਿਆਕਰਨ ਹੈ ਸ਼ੁਰੂ ਤੋਂ ਹੀ ਹੁਣ ਆਪਾਂ ਲਗਾ ਤੇ ਲਗਾਖਰਾਲ ਚੈਪਟਰ ਪੜਾਂਗੇ ਅੱਜ ਇਹਦੇ ਵਿੱਚ ਕੀ ਹੁੰਦੀਆਂ ਨੇ ਕੀ ਲਗਾ ਕੀ ਹੁੰਦੀਆਂ ਨੇ ਤੇ ਲਗਾਖਰ ਕੀ ਹੁੰਦੇ ਨੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਦੱਸਦਾ ਲਗਾ ਹੁੰਦੀਆਂ ਨੇ ਜਿਵੇਂ ਸਿਹਾਰੀ ਬਿਹਾਰੀ ਔਂਕਰ ਦਲੌਂਕਰ ਹੋੜਾ ਕੁਨੜ ਇਹ ਆਪਣੀਆਂ ਲਗਾ ਨੇ ਲਗਾ ਦੀ ਗਿਣਤੀ ਹੈਗੀ 10 ਤੇ ਜਿਹੜੇ ਲਗਾ ਅੱਖਰ ਨੇ ਉਹ ਆਪਣੇ ਕੋਲ ਹੈਗੇ ਨੇ ਤਿੰਨ ਬਿੰਦੀ ਟਿੱਪੀ ਤੇ ਅਦਕ ਵਿਆਕਰਨ ਦੀ ਦ੍ਰਿਸ਼ਟੀ ਤੋਂ ਹਰ ਵਰਨ ਨੂੰ ਉਚਾਰਨ ਲਈ ਜੋ ਸਮਾ ਲੱਗਦਾ ਹੈ ਉਸ ਨੂੰ ਕੀ ਕਹਿੰਦੇ ਆ ਅਸੀਂ ਮਾਤਰਾ ਕਹਿੰਦੇ ਆ ਇਹ ਵਾਲੇ ਮਾਤਰਾਵਾਂ ਨੇ ਠੀਕ ਹੈ ਤੇ ਇਸ ਮਾਤਰਾ ਨੂੰ ਵਰਨਾ ਦੇ ਨਾਲ ਲਿਖਣ ਲਈ ਜਿਹੜੇ ਵੱਖ-ਵੱਖ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਚਿੰਨ੍ਹਾਂ ਨੂੰ ਹੀ ਅਸੀਂ ਲਗਾ ਕਹਿੰਦੇ ਆ ਇਹਨਾਂ ਨੂੰ ਲਗਾ ਕਹਿੰਦੇ ਆ ਇਹਨਾਂ ਨੂੰ ਅਸੀਂ ਮਾਤਰਾ ਕਹਿੰਦੇ ਆ ਕੋਈ ਜ਼ਰੂਰੀ ਨਹੀਂ ਹੈਗਾ ਵੀ ਬੱਚਿਓ ਆਪਾਂ ਨੇ ਇਹ ਸਾਰੀ ਚੀਜ਼ ਜਿਹੜੀ ਰੱਟਾ ਮਾਰ ਕੇ ਕਰਨਾ ਹੈ ਸਿਰਫ ਸਮਝਣਾ ਹੈ ਆਪਾਂ ਨੇ ਬਸ ਜਦੋਂ ਆਪਣੇ ਕਨਸੈਪਟ ਸਮਝ ਆ ਗਿਆ ਤਾਂ ਆਪਾਂ ਨੂੰ ਸਾਰਾ ਕੁਝ ਯਾਦ ਹੋ ਜਾਊਗਾ ਇਨਾ ਲਗਾਂ ਦੀ ਵਰਤੋਂ ਸੰਤੰਤਰ ਰੂਪ ਵਿੱਚ ਨਹੀਂ ਹੁੰਦੀ ਬਲਕਿ ਉਹਨਾਂ ਦੀ ਵਰਤੋਂ ਹਮੇਸ਼ਾ ਕਿਸੇ ਵਰਣ ਦੇ ਨਾਲ ਹੀ ਕੀਤੀ ਜਾਂਦੀ ਹੈ ਉਹੀ ਇਹ ਕੱਲੀ ਮਾਤਰਾ ਜੀ ਆਪਾਂ ਚਿੰਨੇ ਦੀ ਵਰਤੋਂ ਨਹੀਂ ਕਰ ਸਕਦੇ ਹੈਗੇ ਉਹਨੂੰ ਕਿਸੇ ਨਾ ਕਿਸੇ ਵਰਣ ਦੇ ਨਾਲ ਲੱਗੀ ਹੋਊਗੀ ਜਿਹਦੇ ਨਾਲ ਆਪਾਂ ਉਹਨੂੰ ਸ਼ਬਦ ਦਾ ਰੂਪ ਦੇ ਸਕਦੇ ਆ ਗੁਰਮੁਖੀ ਲਿਪੀ ਵਿੱਚ ਲਗਾਂ ਦੀ ਗਿਣਤੀ ਕਿੰਨੀ ਹੈ 10 ਇਹ ਲਗਾ ਊੜਾ ਆੜਾ ਈੜੀ ਸਵਰ ਅੱਖਰਾਂ ਤੋਂ ਹੀ ਉਤਪੰਨ ਹੁੰਦੀਆਂ ਹਨ ਇਹ ਊੜਾ ਆੜਾ ਈੜੀ ਇਹ ਤਿੰਨ ਅੱਖਰ ਨੇ ਆਪਣੇ ਕੋਲੇ ਤਿੰਨ ਸਵਰ ਅੱਖਰ ਨੇ ਤਿੰਨਾਂ ਦੇ ਨਾਲ ਜਦੋਂ ਆਪਾਂ ਮਾਤਰਾਵਾਂ ਲਗਾਵਾਂਗੇ ਫਿਰ ਕੀ ਬਣ ਜਾਂਦੀਆਂ ਨੇ ਇਹ ਸਵਰਧੁਨੀਆਂ ਬਣ ਜਾਂਦੀਆਂ ਨੇ ਇਹ ਸਾਰੀਆਂ ਹੁਣ ਸਵਰਧੁਨੀਆਂ ਹੋ ਗਈਆਂ ਪਾਸ਼ਾ ਦੀ ਵਿਆਕਰਨ ਦੀ ਸਭ ਤੋਂ ਛੋਟੀ ਧੁਨੀ ਸਭ ਤੋਂ ਛੋਟਾ ਜਿਹੜਾ ਪਾਸ਼ਾ ਦਾ ਵਿਆਕਰਨ ਦਾ ਸਭ ਤੋਂ ਛੋਟੀ ਜਿਹੜੀ ਚੀਜ਼ ਆ ਉਹ ਕੀ ਆ ਉਹ ਧੁਨੀ ਹੈ ਤੇ ਸਭ ਤੋਂ ਵੱਡਾ ਹੈਗਾ ਜਿਹੜਾ ਉਹ ਵਾਕ ਹੈ ਸਭ ਤੋਂ ਪਹਿਲਾਂ ਤੁਣੀ ਆਵਾਜ਼ ਆਉਂਦੀ ਹੈ ਫਿਰ ਉਸ ਤੋਂ ਬਾਅਦ ਤੁਣੀ ਤੋਂ ਬਾਅਦ ਪਾਵਨਸ਼ ਬੰਦੇ ਨੇ ਪਾਵਨਸ਼ਾਂ ਤੋਂ ਫਿਰ ਵਾਕਾਂਸ਼ ਬੰਦੇ ਸ਼ਬਦ ਬੰਦੇ ਨੇ ਸ਼ਬਦਾਂ ਤੋਂ ਵਾਕਾਂਸ਼ ਦੇ ਵਾਕਾਂਸ਼ਾਂ ਤੋਂ ਵਾਕ ਬੰਦੇ ਨੇ ਇਸ ਕਰਕੇ ਹੁਣ ਆਪਣੇ ਸਵਰ ਖਰਸੀ ਸਵਰ ਖਰਾਂ ਦੇ ਨਾਲ ਜਦੋਂ ਆਪਾਂ ਆਪਣੀਆਂ ਮਾਤਰਾਵਾਂ ਲਗਾ ਦਿੰਦੇ ਆ ਨਾ 10 ਫਿਰ ਕੀ ਬਣ ਜਾਂਦੀ ਹੈ ਨਾ ਉਹ ਸਵਰ ਤੁਨੀ ਆ ਜਿਵੇਂ ਅ ਇਹ ਕੀ ਹੈ ਮੁਕਤਾ ਆ ਫਿਰ ਆੜੇ ਨੁਕੰਨਾ ਆ ਈ ਇਨੂੰ ਈ ਕਿਉਂਕਿ ਇੱਥੇ ਆਵਾਜ਼ ਘੱਟ ਲੈ ਰਹੀ ਹੈ ਇਹ ਅੱਗੇ ਆਪਾਂ ਪੜਾਂਗੇ ਹਸਰਫ ਤੇ ਦਿਰਗ ਕੀ ਹੁੰਦੇ ਨੇ ਈ ਇਹ ਵਾਪਾਂ ਨੂੰ ਪੜਿਆ ਈ ਇਹਨੂੰ ਪੜਾਂਗੇ ਈ ਇਹ ਆਵਾਜ਼ ਜਿਹੜੀ ਸਿਹਾਰੀ ਨਾਲੋਂ ਜਿਹੜੀ ਬਿਹਾਰੀ ਉਹ ਦੁੱਗਣੀ ਆਵਾਜ਼ ਰੈਂਦੀ ਹੈ ਊ ਊ ਏ ਐ ਔ ਓ ਇਹ ਕਿਨੇ ਇਹਨਾਂ ਮਾਤਰਾਾਂ ਦੀ ਲਗਾਂ ਦੀ ਗੱਤ ਉਹ ਜਿਹੜੀ ਇੰਚ ਕੀਤੀ ਜਾਂਦੀ ਹੈ ਇਹ ਆਪਣੀਆਂ ਲਗਾਂ ਨੇ ਲਗ ਲਿਖਿਆ ਹੋਇਆ ਹੈ ਇਹਨਾਂ ਨੂੰ ਮੁਕਤਾ ਜਿਦਾ ਕੋਈ ਚਿੰਨ੍ਹ ਨਹੀਂ ਹੁੰਦਾ ਤੇ ਆਪਣੇ ਸ਼ਬਦਾਂ ਦੀਆਂ ਉਦਾਹਰਣਾਂ ਨੇ ਇਹ ਤੁਸੀਂ ਆਪਣੇ ਆਪ ਕਰ ਸਕਦੇ ਆ ਇਹ ਕਿ ਇਹ ਮੁਕਤ ਹੈ ਇਹਦੇ ਨਾਲ ਕੋਈ ਵੀ ਮਾਤਰਾ ਨਹੀਂ ਲੱਗੀ ਹੋਈ ਹੈਗੀ ਇਹ ਸਾਰੀਆਂ ਕੀ ਨੇ ਮਾਤਰਾਵਾਂ ਨੇ ਇਹਨਾਂ ਦੇ ਨਾਲ ਆ ਦੱਸੀਆਂ ਹੋਈਆਂ ਨੇ ਸਾਰੀਆਂ ਐਗਜ਼ਾਮਪਲਸ ਨੇ ਬਿਲਕੁਲ ਸੌਖੀਆਂ ਨੇ ਤੁਸੀਂ ਆਪਣੇ ਆਪ ਪੜ ਸਕਦੇ ਹੋ ਉਹਨਾਂ ਨੂੰ ਦੇਖ ਸਕਦੇ ਹੋ ਫਿਰ ਉਸ ਤੋਂ ਬਾਅਦ ਇਕੱਲੇ-ਇਕੱਲੇ ਸ਼ਬਦ ਅੱਖਰ ਦੇ ਨਾਲ ਦਿੱਤੇ ਨੇ ਵਰਨਾ ਦੇ ਨਾਲ ਵੀ ਕਿਹਦੀ ਕਿਹਦੀ ਵਰਤੋਂ ਕਿੱਥੇ ਹੁੰਦੀ ਹੈ ਲਗਾਂ ਦੀ ਵਰਤੋਂ ਕਿੱਥੇ ਹੁੰਦੀ ਹੈ ਪੰਜਾਬੀ ਜੀਆਂ ਸਾਰੀਆਂ 10 ਲਗਾਂ ਉਚਾਰਨ ਅਨੁਸਾਰ ਸਾਰੇ ਵਿਅੰਜਨ ਨਾਲੋਂ ਵਯੰਜਨਾਂ ਦੇ ਨਾਲ ਲੱਗਦੀਆਂ ਨੇ ਪਰ ਜਿਹੜੇ ਲਗਾ ਸਵਾਰ ਅੱਖਰ ਨੇ ਊੜਾ ਆੜਾ ਈੜੀ ਇਹਨਾਂ ਦੀ ਵਰਤੋਂ ਇਸ ਤਰ੍ਹਾਂ ਕੀਤੀ ਜਾਂਦੀ ਹੈ ਊੜੇ ਨਾਲ ਲੱਗਣ ਵਾਲੀਆਂ ਲਗਾ ਕਿਹੜੀਆਂ ਨੇ ਆਪਾਂ ਨੂੰ ਪਤੀ ਗਿਆ ਸਾਰਿਆਂ ਨੂੰ ਤਿੰਨ ਨੇ ਆੜੇ ਨਾਲ ਚਾਰ ਲੱਗਦੀਆਂ ਨੇ ਤੇ ਈੜੀ ਦੇ ਨਾਲ ਵੀ ਤਿੰਨ ਲੱਗਦੀਆਂ ਨੇ ਊੜੇ ਨਾਲ ਕਿਹੜੇ-ਕਿਹੜੇ ਲੱਗਦੇ ਨੇ ਔਂਕੜ ਦਲੌਂਕੜ ਤੇ ਹੋੜਾ ਅੱਗੇ ਨੇ ਸ਼ਬਦਾਂ ਦੇ ਉਦਾਹਰਣਾਂ ਨੇ ਇਹ ਚਿੰਨੇ ਦਿੱਤੇ ਹੋਏ ਨੇ ਇਹ ਲਗਾ ਨੇ ਬਿਲਕੁਲ ਸੌਖੀਆਂ ਨੇ ਤੁਸੀਂ ਆਪਣੇ ਆਪ ਇਹਨਾਂ ਨੂੰ ਰੀਡ ਕਰ ਸਕਦੇ ਹੋ ਉਸ ਤੋਂ ਬਾਅਦ ਫਿਰ ਕੀ ਹੈ ਆੜੇ ਨਾਲ ਲੱਗਣ ਵਾਲੀਆਂ ਲਗਾ ਕਿੰਨੀਆਂ ਨੇ ਚਾਰ ਮੁਕਤਾ ਕੰਨਾ ਦੁਲਾਵਾਂ ਤੇ ਕਨੋੜਾ ਜਿਵੇਂ ਅਮਲ ਅਸਰ ਅਕਲ ਅਮਨ ਅਗਰ ਇਹ ਕੀ ਨੇ ਸਾਰੇ ਹੀ ਮੁਕਤਾ ਨੇ ਫਿਰ ਉਸ ਵਕ ਕੰਨੇ ਵਾਲੇ ਸ਼ਬਦ ਹੋਗੇ ਇਹ ਹੋਗੇ ਦੁਲਾਵਾਂ ਵਾਲੇ ਹੋਗੇ ਇਹ ਹੋਗੇ ਕਨੋੜੇ ਵਾਲੇ ਉਸ ਤੋਂ ਬਾਅਦ ਈੜੀ ਤੇ ਆਜੋ ਈੜੀ ਦੇ ਨਾਲ ਕਿੰਨੀਆਂ ਲਗਾਂ ਲੱਗਦੀਆਂ ਨੇ ਤਿੰਨ ਲਗਾ ਮਾਤਰਾ ਲੱਗਦੀਆਂ ਨੇ ਸਿਹਾਰੀ ਬਿਹਾਰੀ ਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉਚਾਰਨ ਦੇ ਸਮੇਂ ਦੀ ਦ੍ਰਿਸ਼ਟੀ ਕਰਨ ਲਗਾ ਦੀਆਂ ਹੀ ਲਿਖੀਆਂ ਦੋ ਕਿਸਮਾਂ ਨੇ ਹੁਣੇ ਲਗਾ ਦੀਆਂ ਦੋ ਕਿਸਮਾਂ ਆ ਗਿਆ ਉਚਾਰਨ ਦੇ ਸਮੇਂ ਦੀ ਦ੍ਰਿਸ਼ਟੀ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਈੜੀ ਨੂੰ ਸਿਹਾਰੀ ਈ ਇੱਕ ਇੱਕ ਘੱਟ ਸਮਾਂ ਲੈਂਦੇ ਬੋਲਣ ਦੇ ਵਿੱਚ ਪਰ ਜਦੋਂ ਆਪਾਂ ਈੜੀ ਨੂੰ ਬਿਹਾਰੀ ਪਾਵਾਂਗੇ ਉਹ ਕੀ ਹੈ ਫਿਰ ਉਹਦੇ ਨਾਲੋਂ ਦੁੱਗਣਾ ਸਮਾਂ ਲੈਂਦੀ ਹੈ ਜਿਵੇਂ ਈੜੀ ਨੂੰ ਸਿਹਾਰੀ ਵਾਲੇ ਕੋਈ ਵੀ ਸ਼ਬਦ ਪਾ ਕੇ ਤੁਸੀਂ ਦੇਖ ਲਓ ਜਿਵੇਂ ਆਪਾਂ ਤਾਂ ਆਪਣੇ ਸਿੱਖ ਠੀਕ ਹੈ ਇਸ ਸਿਹਾਰੀ ਬਣ ਗਈ ਸਿਹਾਰੀ ਵਾਲਾ ਗਿਆ ਸਿੱਖ ਜੇ ਆਪਾਂ ਇਸੇ ਦੀ ਜਗ੍ਹਾ ਤੇ ਸਿੱਖ ਬਿਹਾਰੀ ਪਾਦਾਂਗੇ ਇਹਨੂੰ ਕੀ ਬਣਗੇ ਸਿੱਖ ਫਿਰ ਕੀ ਹੈ ਇਹ ਤਾਂ ਦੁੱਗਣਾ ਸਮਾਂ ਲੈ ਰਹੀ ਹੈ ਇਹ ਹਸਰਵ ਹਸਰਵ ਨੂੰ ਆਪਾਂ ਲਗੂ ਵੀ ਕਹਿੰਦੇ ਆ ਜਿਹੜੀਆਂ ਲਗਾ ਦੇ ਉਚਾਰਨ ਲਈ ਘੱਟ ਸਮਾਂ ਲੱਗਦਾ ਹੈ ਉਹਨਾਂ ਨੂੰ ਹਸਰਵ ਲਗਾ ਜਾਂ ਲਘੂ ਆਖਦੇ ਹਨ ਪੰਜਾਬੀ ਵਿੱਚ ਤਿੰਨ ਨੇ ਮੁਕਤਾ ਸਿਹਾਰੀ ਤੇ ਔਂਕੜ ਇਹ ਤਿੰਨ ਯਾਦ ਕਰ ਲੈਣੀਆਂ ਨੇ ਤੁਸੀਂ ਨੇ ਠੀਕ ਹੈ 10 ਦੇ ਵਿੱਚੋਂ ਤਿੰਨ ਆਪਾਂ ਨੇ ਕੱਢਤੀਆਂ ਜਿਹੜੇ ਪਿੱਛੇ 7 ਵਜੇ ਉਹ 7 ਕਿਨੇ ਆਪਣੇ ਕੋਲ ਦੀਰਘ ਨੇ ਦੀਰਘ ਕਿਹੜੀਆਂ ਨੇ ਤੁਨੀਆਂ ਲਗਾਣੇ ਜਿਹੜੀਆਂ ਲਗਾ ਦੇ ਉਚਾਰਨ ਲਈ ਵਧੇਰੇ ਸਮਾਂ ਲੱਗੇ ਜਾਂ ਦੁੱਗਣਾ ਸਮਾਂ ਲੱਗੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਦੀਰਗ ਲਗਾ ਕਹਿੰਦੇ ਆ ਇਹ ਪੰਜਾਬੀ ਦੇ ਵਿੱਚ ਸੱਤ ਨੇ ਕੰਨਾ ਬਿਹਾਰੀ ਔਂਕੜ ਕੰਨਾ ਬਿਹਾਰੀ ਬਿਹਾਰੀ ਦਰੋਂਕਟ ਲਾਂ ਦੁਲਾ ਹੁੜਾ ਤੇ ਕਨੋੜਾ ਇਹ ਦੀਰਗ ਲਗਾ ਨੇ ਜਿਹੜੇ ਘੱਟ ਸਮਾਂ ਲੈਂਦੇ ਨੇ ਬੋਲਣ ਦੇ ਵਿੱਚ ਹਸਰਫ ਸਵਰ ਹੁੰਦੇ ਨੇ ਉਹ ਹਸਰਫ ਜਾ ਲਗੂ ਕਹਿ ਸਾਦੇ ਆ ਤੇ ਜਿਹੜੇ ਦੁੱਗਣਾ ਸਮਾਂ ਲੈਂਦੇ ਨੇ ਉਹਨੂੰ ਅਸੀਂ ਦੀਰਗ ਕਹਾਂਗੇ ਸ਼ਬਦਾਂ ਦੇ ਪੈਰ ਦੇ ਵਿੱਚ ਬਿੰਦੀ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ਊੜੇ ਤੋਂ ਲੈ ਕੇ ਡਾੜੇ ਤੱਕ ਆਪਣੇ ਕੋਲ 35 ਅੱਖਰ ਸੀਗੇ ਫਿਰ ਉਸ ਤੋਂ ਬਾਅਦ ਨਵੀਨ ਵਰਗ ਦੀ ਟੋਲੀ ਦੇ ਵਿੱਚ ਲਾਸਟ ਵਾਲੇ 6 ਅੱਖਰ ਆਏ ਪੰਜਾਬੀ ਭਾਸ਼ਾ ਜਿਹੜੇ ਅਰਬੀ ਫਾਰਸੀ ਭਾਸ਼ਾਵਾਂ ਦੇ ਵਿੱਚੋਂ ਲੈ ਕੇ ਅਰਬੀ ਭਾਸ਼ਾ ਵਿੱਚ ਪੰਜਾਬੀ ਸੋਰੀ ਪੰਜਾਬੀ ਭਾਸ਼ਾ ਵਿੱਚ ਬਹੁਤ ਸਾਰੇ ਅਜਿਹੇ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦਾ ਮੂਲ ਸਰੋਤ ਕੀ ਹੈ ਫਾਰਸੀ ਹੈ ਉਹ ਹੀ ਤੁਹਾਨੂੰ ਦੱਸਿਆ ਅਰਬੀ ਫਾਰਸੀ ਤੋਂ ਲੈ ਗਏ ਨੇ ਪੰਜਾਬੀ ਭਾਸ਼ਾ ਨੇ ਅਜਿਹੇ ਸ਼ਬਦਾਂ ਨੂੰ ਤਤਸਮ ਰੂਪ ਵਿੱਚ ਸਵੀਕਾਰ ਕੀਤਾ ਹੈ ਪਰ ਗੁਰਮੁਖੀ ਲਿਪੀ ਵਿੱਚ ਫਾਰਸੀ ਸ਼ਬਦਾਂ ਦੇ ਠੀਕ ਉਚਾਰਨ ਲਈ ਕੋਈ ਚਿੰਨ੍ਹ ਨਾ ਹੋਣ ਕਾਰਨ ਪਹਿਲੇ ਵਰਨਾ ਦੇ ਪੈਰਾਂ ਦੇ ਵਿੱਚ ਬਿੰਦੀ ਲਾ ਕੇ ਫਾਰਸੀ ਉਚਾਰਨ ਦੀ ਸ਼ੁੱਧਤਾ ਨੂੰ ਹੀ ਅਪਣਾਇਆ ਗਿਆ ਹੈ ਜਿਵੇਂ ਗਜ਼ਲ ਜ਼ਮੀਨ ਖਰਗੋਸ਼ ਸ਼ਬਦ ਸ਼ਰਮ ਫਰਜ਼ ਆਦ ਹਾਂਜੀ ਇਹ ਆਪਣੇ ਕੋਲ ਆਗੇ ਲਗਾ ਕਰਕੇ ਹੁੰਦੇ ਨੇ ਪੰਜਾਬੀ ਭਾਸ਼ਾ ਵਿੱਚ ਸ਼ਬਦ ਜਾਂ ਸ਼ਬਦਾਂ ਦੇ ਸ਼ੁੱਧ ਉਚਾਰਨ ਲਈ ਲਗਾ ਨਾਲ ਜਿਹੜੇ ਹੋਰ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਲਗਾਖਰ ਕਹਿੰਦੇ ਆ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੇ ਲਗਾਖਰ ਨੇ ਉਹ ਕਿੰਨੇ ਨੇ 3 ਨੇ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਸੀ ਬਿੰਦੀ ਟਿੱਪੀ ਤੇ ਅਦਕ ਬਿੰਦੀ ਤੇ ਟਿੱਪੀ ਗੁਰਮੁਖੀ ਲਿਪੀ ਵਿੱਚ ਨਾਸਕੀ ਤੁਨੀਆਂ ਨੂੰ ਅੰਕਿਤ ਕਰਨ ਲਈ ਦੋ ਚਿੰਨ੍ਹ ਕਈ ਕਈ ਨੇ ਆਪਣੇ ਕੋਲ ਬਿੰਦੀ ਤੇ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ ਬਿੰਦੀ ਦਾ ਕਾਰਜ ਇਹ ਕਹਿਰਾ ਹੁੰਦਾ ਹੈ ਤੇ ਟਿੱਪੀ ਦਾ ਕਾਰਜ ਦੂਰਾ ਹੁੰਦਾ ਹੈ ਉਹੀ ਹੈ ਜਦੋਂ ਆਪਾਂ ਕਿਸੇ ਅੱਖਰ ਦੇ ਉੱਪਰ ਅਦਕ ਪਾਵਾਂਗੇ ਤਾਂ ਉਹ ਅਦਕ ਹੈ ਜਿਹੜਾ ਉਹ ਦਬਾਅ ਤੇ ਬਲ ਦਾ ਚਿੰਨ ਹੈ ਤਾਂ ਉਹ ਦੂਰੀ ਆਵਾਜ਼ ਪੈਦਾ ਕਰਦਾ ਜਿਵੇਂ ਸੱਪ ਕੱਪ ਹੱਥ ਨੱਕ ਠੀਕ ਹੈ ਇਹ ਦੂਰੀ ਆਵਾਜ਼ ਪੈਦਾ ਕਰ ਰਹੇ ਨੇ ਇਹ ਤੇ ਜਿਹੜੀ ਬਿੰਦੀ ਹੈ ਤੇ ਟਿੱਪੀ ਹੈ ਇਹ ਨਾਸਕੀ ਤੁਨੀਆਂ ਨੂੰ ਅੰਕਿਤ ਕਰਦੀ ਹੈ ਇਹ ਜਦੋਂ ਬੋਲਦੇ ਨੇ ਮੈਂ ਕਾਂ ਮਾਂ ਹਾਂ ਇਹ ਜੋ ਨੱਕ ਚੋਂ ਆਵਾਜ਼ ਆਉਂਦੀ ਹੈ ਆਪਣੀ ਠੀਕ ਹੈ ਇਸ ਤਰ੍ਹਾਂ ਇਹ ਟਿੱਪੀ ਦੇ ਜਿਵੇਂ ਅੰਬ ਠੀਕ ਹੈ ਹੋਰ ਬਹੁਤ ਸਾਰੇ ਸ਼ਬਦ ਨੇ ਬਿੰਦੀ ਵਾਲੇ ਉਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਬੋਲ ਕੇ ਆਪਣ ਜਿੰਨੀ ਬੋਲ ਕੇ ਪ੍ਰੈਕਟਿਸ ਕਰੋਗੇ ਉਨੇ ਤੁਹਾਨੂੰ ਸਾਰਾ ਕੁਝ ਸਮਝ ਆ ਜਾਏਗਾ ਟਿੱਪੀ ਦੇ ਵਰਤੂ ਦੇ ਨਾਲ ਹੀ ਰਾਹੀਂ ਨਾਸਿਕਤਾ ਦੇ ਨਾਲ ਨਾਲ ਦੁੱਤ ਕਰਨ ਦਾ ਵੀ ਉਜਾਗਰ ਹੁੰਦਾ ਹੈ ਇਹ ਦੋਵੇਂ ਚਿੰਨ ਵਰਣਾ ਜਾਂ ਲਗਾ ਦੇ ਉੱਪਰ ਜਾਂ ਨਾਲ ਹੀ ਅੰਕਿਤ ਕੀਤੇ ਜਾਂਦੇ ਹਨ ਅੱਗੇ ਜੋ ਅਧਕ ਅਧਕ ਦਬਾਅ ਦੀ ਧੁਨੀ ਨੂੰ ਅੰਕਿਤ ਕਰਨ ਵਾਲਾ ਸ਼ਬਦ ਹੈ ਚਿੰਨ ਹੈ ਪੰਜਾਬੀ ਭਾਸ਼ਾ ਵਿੱਚ ਉਚਾਰਨ ਸਮੇਂ ਜਿਹੜੀ ਵਰਨ ਦੀ ਆਵਾਜ਼ ਜ਼ੋਰੀ ਪ੍ਰਗਟ ਕਰਨੀ ਹੋਵੇ ਭਾਵ ਜਿਸ ਧੁਨੀ ਉੱਪਰ ਦਬਾਅ ਪੈਂਦਾ ਹੋਵੇ ਪੈਦਾ ਹੋਵੇ ਉਸ ਵਰਨ ਤੋਂ ਪਹਿਲੇ ਵਰਨ ਵਾਲੇ ਅੱਖਰ ਤੇ ਅਧਕ ਪਾਈ ਜਾਂਦੀ ਹੈ ਹਿੰਦੀ ਭਾਸ਼ਾ ਵਿੱਚ ਇਹ ਜਿਹਾ ਚਿੰਨਾ ਧੁਨੇ ਲਈ ਅੱਦੇ ਵਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਅੰਗਰੇਜ਼ੀ ਭਾਸ਼ਾ ਵਿੱਚ ਇੱਕੋ ਵਰਨ ਨੂੰ ਦੋ ਵਾਰੀ ਹੀ ਵਰਤ ਲਿਆ ਜਾਂਦਾ ਹੈ ਇਹ ਆਪਣਾ ਸੀਗਾ ਜੋ ਆਪਣੇ ਮੇਨ ਕਨਸੈਪਟ ਨੇ ਜੋ ਆਪਣੇ ਪੇਪਰਾਂ ਦੇ ਵਿੱਚ ਆਉਂਦੇ ਨੇ ਸਾਰਿਆਂ ਦੇ ਵਿੱਚ ਉਹ ਇਹਨਾਂ ਦੇ ਵਿੱਚੋਂ ਹੀ ਆਉਂਦੇ ਨੇ ਜਦੋਂ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਯਾਦ ਨੇ ਬੇਸਿਕਲੀਅਰ ਹੈ ਤਾਂ ਆਪਾਂ ਸਾਰਾ ਕੁਝ ਸਾਰੇ ਕੁਐਸਚਨ ਆਨਸਰ ਕਰ ਸਕਦੇ ਆ ਆਪਣੇ ਆਪ ਬਣਾ ਕੇ ਤਾਂ ਇਸ ਕਰਕੇ ਆਪਾਂ ਨੇ ਅੱਜ ਲਗਾਤਾਰ ਲਗਾ ਖਰਾਵਾੜੇ ਵਿਸਥਾਰ ਨਾਲ ਪੜਿਆ ਤੁਸੀਂ ਇਹਨਾਂ ਨੂੰ ਧਿਆਨ ਨਾਲ ਦੇਖ ਕੇ ਸਮਝ ਸਕਦੇ ਹੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤੈ ਸੈਨ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ